तुहार। वाहिगुरु जी का खालसा, श्री वाहिगुरु जी की फतेह। राजा राज पाण पाण रहंदा दे घर धन धन। श्री गुरु ग्रंथ साहिब महाराज, दसम ग्रंथ साहिब महाराज, सर्वरो प्रकाश महाराज जी दी पवित्र हजूरी दी तिग मान रहे सत्संगी जनों, जो आप जी अपना समा कढ के जो 40 पुत्ते हन उन्हां दी पवित्र याद विच आपां सारे एकत्रित होके उन्हां दे इह पवित्र शहीदी दिहाड़े नूं मना रहे। जो 40 पुत्ते हन इह दो होए हन, एक तां जिहड़े आपां आम कर जानदे हां ओ हन श्री मुक्तसर साहिब वाले, और जिहड़ा बीज खालसा मन्निया गया है ओ धन धन श्री गुरु गोबिंद सिंह जी ने। इह जिहड़े चमकौर गढ़ी वाले 40 पुत्ते हन इन्हां नूं मन्निया गया। सर्वनो प्रकाश के धन धन श्री गुरु गोबिंद सिंह महाराज जी प्रमाण करते हैं, चालस नर ए बीज खालसा मुकते पावन सिंह बली। कहते ये जरा खालसा है ये बीज रख्या मैं खालसे का। ये जदों भी महाराज कहते सन भी कितने भी सिख कौम या पंजाब के विच कदी लोड़ पवेगी शहीदना दी, जां किसे सारी कौम नू विपदा पवेगी, ते कहंदे भी मैं वारी वारी नहीं आउणा, इह जिहड़ा मेरा बीज है 40 खालसां दा इन्हां विचों इक नू भेजिया करूंगा उह सारा ही सांभ लिया करांगा। इह जिहड़े 40 जिन्हां दा आपां 40 सिंघां दा शहीदी दिहाड़ा मना रहे हां, आपां बड़े वडभागे हां कि उन्हां दा मना रहे हां जिहड़े खालसे पंथ दे बीज हन, जो प्योर है। और यह जिहड़ा चमकौर दा दिहाड़ा है, जिहड़ा चमकौर दा स्थान है, यह दुनिया दे विच इक ने केवला स्थान है और जिंदी सब तो वड्डी उपमा है। महाराज ने इत्थे जिहड़े 40 सिंघां दे नाल 10 लख फौज नूं टाकरा दित्ता, और मुसलमान मुसलमान लिखारे ने भी लिखा है हिंद में तीर्थ है एक यात्रा के लिए, जहां बाप ने बच्चे कटाए खुदा के लिए। ये जड़ा चमकौर है यही सब तो वड्डा तीर्थ है, यही खालसे पंथ का मक्का है, और इत्थों ही वो जड़े 40 बीज खालसे हन जिन्हां ने वड्डा इतिहास रचिया है, और जिथों आपां लै के जां बाबे बंदे बहादुर ने भी सेध जिहड़ी लई है ओह 40 नर तों लई है। इह चमकौर दी गढ़ी दी जिहड़ा साखा है इहदे तों ही गां बाबे बंदे बहादुर ने सरहद दित्ती, चप्पड़ जिहड़ी दित्ती है, और इहदे तों ही जिहड़ी तारागढ़ी दा मुकाबला है 21 सिंघां ने इहदी सेध लै के दित्ती है। ਜੇ ਅੱਜ ਵੀ ਸੰਘਰਸ਼ ਹੋ ਰਿਹਾ ਹੈ ਕਿਸਾਨਾਂ ਦਾ ਤਾਂ ਉਹਨਾਂ ਨੇ ਵੀ ਇਸੇ ਤੋਂ ਹੀ ਸੇਧ ਲੈ ਕੇ ਕਰ ਰਹੇ ਹਨ। ਤਾਂ ਆਪਾਂ ਇਹ 40 ਸਿੰਘਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਤਾਂ ਇਹ ਉਹ ਹਨ ਜਿਨ੍ਹਾਂ ਨੇ ਹਿਕੜਾ ਕੇ ਕੁਰਬਾਨਾਂ ਖਾਧੀਆਂ ਹਨ। ਮਹਾਰਾਜ ਕਹਿੰਦੇ ਹਨ ਸੂਰਾ ਸੋਈ ਜੋ ਹੋਏ ਮਰਨਾ, ਜੋ ਭਾਗੇ ਤਿਸ ਜੋਨੀ ਫਿਰਨਾ। ਇਹ ਸੂਰਮੇ ਹੋਏ ਹਨ ਜਿਨ੍ਹਾਂ ਨੇ ਇੱਕ ਥਾਂ ਤੇ ਖੜ ਕੇ ਔਰ ਅੰਤ ਤੱਕ ਮਹਾਰਾਜ ਦਾ ਸਹਾਰਾ ਬਣੇ ਹਨ, ਮਹਾਰਾਜ ਨੂੰ ਸਹਾਇਤਾ ਦਿੱਤੀ ਹੈ। ਤਾਂ ਜਿਹੜਾ ਆਨੰਦਪੁਰ ਸਾਹਿਬ ਹੈ ਇਹ ਬੜਾ ਸੁੰਦਰ ਨਗਰ ਸੀ, ਇਹ ਬੜਾ ਖੁਸ਼ੀਆਂ ਨਾਲ ਵਸ ਰਿਹਾ ਸੀ ਨਗਰ, ਪਰ ਇੱਥੇ ਕਿਸੇ ਔਰੰਗਜ਼ੇਬ ਦੀ ਨਹੀਂ ਚੱਲਦੀ ਸੀ, ਕਿਸੇ ਭਾਰੀ ਰਾਜੇ ਦੀ ਨਹੀਂ ਚੱਲਦੀ ਸੀ। ਜੇ ਇੱਥੇ ਚੱਲਦੀ ਸੀ ਇੱਥੇ ਉਹਦਾ ਹੀ ਕਾਨੂੰਨ ਚੱਲਦਾ ਸੀ ਜੋ ਪਰਮੇਸ਼ਰ ਵੱਲੋਂ ਬਣਾਇਆ ਗਿਆ ਸੀ।
ਜਿਹੜਾ ਸਾਂਝੀ ਵਾਲਦਾ ਦਾ ਵਿਦੇਸ਼ ਸੀ, ਜਿੰਦਾ ਉਪਦੇਸ਼ ਸੀ ਮਾਨਸਿਕੀ ਜਾ ਸਕੇ ਇੱਕ ਹੈ ਪਹਿਚਾਣ। ਇੱਥੇ ਉਹ ਸਿਧਾਂਤ ਚੱਲ ਰਿਹਾ ਸੀ ਔਰ ਜਿਹੜਾ ਇਹ ਸਿਧਾਂਤ ਸੀਗਾ ਇਹ ਪਹਾੜੀ ਰਾਜਿਆਂ ਨੂੰ ਖੇਡਣਾ ਬੈਠਿਆ। ਤਾਂ ਉਹਨਾਂ ਨੇ ਬੜੇ ਯਤਨ ਕੀਤੇ। ਜਦੋਂ ਮਹਾਰਾਜ ਨੇ ਖਾਲਸਾ ਪੰਥ ਵੀ ਸਾਜਿਆ ਹੈ ਉਦੋਂ ਵੀ ਉਹਨਾਂ ਨੇ ਆਖਿਆ ਮਹਾਰਾਜ ਆ ਜਿਹੜੇ ਸ਼ੂਦਰ ਹਨ ਤੁਸੀਂ ਇਹਨਾਂ ਨੂੰ ਨਾਲ ਨਾ ਜੋੜੋ, ਅਸੀਂ ਆਉਣੇ ਆ, ਅਸੀਂ ਤੁਹਾਡੇ ਪੰਜ ਪਿਆਰੇ ਬਣਦੇ ਹਾਂ। ਤਾਂ ਮਹਾਰਾਜ ਕਹਿੰਦੇ ਨਾਨਕ ਤਿਨਕੇ ਸੰਗ ਸਾਥ ਵਟਿਆ ਸੋਕਿਆ ਰੀਸ, ਕਹਿੰਦੇ ਮੈਂ ਤਾਂ ਇੱਥੇ ਹੀ ਇਹਨਾਂ ਦੇ ਨਾਲ ਦਾ ਹੀ ਹਾਂ ਤੇ ਇਹ ਹੀ ਮੇਰੇ ਪੁੱਤਰ ਹਨ। ਤੇ ਮਹਾਰਾਜ ਨੇ ਜਿਹੜੇ ਵਾਰਤਕ ਬਚਨ ਆਮ ਹੀ ਚੱਲਦੇ ਹਨ, ਮਹਾਰਾਜ ਨੇ ਆਖਿਆ ਮੈਂ ਪੰਜਵੀ ਇਹ ਮਜ਼ਹਬ ਹਮਾਰਾ ਹਿੰਦੂ ਤੁਰਕਣ ਤੂੰ ਤੇ ਨਿਆਰਾ। ਇਹ ਵਾਰਤਕ ਸ਼ਬਦ ਹਨ ਜਿਹੜੇ ਧਰਮੀ ਪੁਰਸ਼ ਹਨ। ਮਹਾਰਾਜ ਕਹਿੰਦੇ ਹਨ ਮੈਂ ਵੀ ਧਰਮੀ ਹਾਂ ਤੇ ਜਿਹੜੇ ਮੇਰੇ ਬੱਚੇ ਹਨ ਉਹ ਵੀ ਧਰਮੀ ਹੈ। ਜਿਹੜਾ ਸਿੱਖ ਧਰਮ ਹੈ ਇਹ ਕਾਹਦਾ ਧਰਮ ਹੈ? ਇਹ ਇਨਸਾਨੀਅਤ ਦਾ ਧਰਮ ਹੈ। ਧਰਮ ਉਹੀ ਹੈ ਜਿਹਦੇ ਵਿੱਚ ਇਨਸਾਨੀਅਤ ਹੈ। ਜੇ ਇਨਸਾਨੀਅਤ ਨਹੀਂ ਤਾਂ ਉਹ ਧਰਮ ਵੀ ਨਹੀਂ ਗਾ। ਜੇ ਧਰਮ ਦਾ ਚੋਲਾ ਪਾ ਕੇ ਲੋਕਾਂ ਦੇ ਗਾਲੀ ਵੱਢੇ ਜਾਣੀਆਂ, ਜੇਬਾਂ ਕੱਟੀਆਂ ਜਾਣੀਆਂ ਤਾਂ ਉਹ ਧਰਮ ਨਹੀਂ ਹੁੰਦਾ, ਉਹ ਲੁੱਟ ਘਸੋਟ ਹੋ ਸਕਦੀ ਹੈ। ਤਾਂ ਇੱਥੇ ਜਿਹੜਾ ਆਨੰਦਪੁਰ ਦਾ ਸਿਧਾਂਤ ਸੀ ਇਹ ਸਭ ਤੋਂ ਵੱਖਰਾ ਸਿਧਾਂਤ ਸੀ। ਇੱਕ ਪਰਮੇਸ਼ਵਰ ਦਾ ਸੀ ਜਿਹੜਾ ਸਿਧਾਂਤ ਹੈ ਅਵਲ ਅਲੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨਜ਼ਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਇੱਥੇ ਉਹੀ ਸਿਧਾਂਤ ਚੱਲਦਾ ਸੀ ਪਰ ਔਰੰਗਜ਼ੇਬ ਮਹਾਰਾਜ ਦਾ ਸਿੱਧੇ ਤੌਰ ਤੇ ਕੋਈ ਉਹਦੇ ਨਾਲ ਦੁਸ਼ਮਣੀ ਨਹੀਂ ਸੀ, ਕੋਈ ਨਿੱਜੀ ਗਲਾ ਨਹੀਂ ਸੀ, ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੀਆਂ ਰਹਿਮਤਾਂ ਸਨ ਇਹ ਗੁਰੂ ਨਾਨਕ ਦੇਵ ਜੀ ਚੱਲੀ ਆਉਂਦੀਆਂ ਸਨ। ਤਾਂ ਉਹਨਾਂ ਨੂੰ ਵੀ ਪਤਾ ਸੀ, ਹਰ ਇੱਕ ਇਤਿਹਾਸ ਦੇ ਵਿੱਚ ਵੀ ਆਪਾਂ ਨੂੰ ਪ੍ਰਮਾਣ ਮਿਲ ਜਾਂਦੇ ਹਨ ਕਿ ਬਾਬਾ ਰਾਮ ਰਾਏ ਵੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਆਸਾ ਦੀ ਵਾਰ ਕਰਦੇ ਰਹੇ ਹਨ। ਉਹਦਾ ਕੋਈ ਨਿੱਜੀ ਤੌਰ ਤੇ ਕੋਈ ਵੀ ਸਿੱਖ ਧਰਮ ਨਾਲ ਜਾਂ ਗੁਰੂਆਂ ਦੇ ਨਾਲ ਕੋਈ ਦਿਲ ਛਕਵਾ ਨਹੀਂ ਸੀ। ਕਿੱਥੋਂ ਪਿਆ? ਉਹ ਪਿਆ ਪਹਾੜੀ ਰਾਜਿਆਂ ਤੋਂ। ਪਹਾੜੀ ਰਾਜਿਆਂ ਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਸੀ ਕਿ ਉਹ ਜਾਤ ਪਾਤ ਨੂੰ ਮੰਨਦੇ ਸਨ ਤੇ ਪਰ ਜਿਹੜੇ ਗੁਰੂ ਗੋਬਿੰਦ ਸਿੰਘ ਸਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਇਹ ਜਾਤ ਪਾਤ ਦਾ ਖੰਡਨ ਕਰਦੇ ਸਨ। ਉਹ ਕਹਿੰਦੇ ਸਨ ਚਾਵਣ ਕੇ ਏਕੋ ਭਾਈ, ਪਰ ਇਹ ਨਹੀਂ ਮੰਨਦੇ ਸਨ। ਇਹਨਾਂ ਨੇ ਔਰੰਗਜ਼ੇਬ ਨੂੰ ਉਂਗਲਾਂ ਲਾਉਣੀਆਂ ਕੀਤੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਆਪਦੀ ਫੌਜ ਬਣਾ ਰਹੇ ਹਨ, ਉਹ ਤਾਂ ਆਪਦਾ ਹੀ ਸਭ ਕੁਝ ਕਰਨਗੇ, ਉਹ ਤੁਹਾਡੇ ਲਈ ਖਤਰਾ ਬਣਨਗੇ। ਤਾਂ ਜਿਹੜਾ ਔਰੰਗਜ਼ੇਬ ਸੀ ਫਿਰ ਉਹਦੀਆਂ ਜਦੋਂ ਕੰਨਾਂ ਦੇ ਵਿੱਚ ਉਂਗਲਾਂ ਭਰੀਆਂ ਗਈਆਂ, ਫੂਕਾਂ ਭਰੀਆਂ ਗਈਆਂ, ਤਾਂ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਦਾ ਟਕਰਾਅ ਹੋਇਆ। ਤਾਂ ਸਭ ਤੋਂ ਪਹਿਲਾਂ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਜਿਹੜੀ ਪੇਸ਼ਕਸ਼ ਵੀ ਲੈ ਕੇ ਆਇਆ ਸੀ ਉਹ ਪਰਮਾਨੰਦ ਲੈ ਕੇ ਆਇਆ ਸੀ ਜਿਹੜਾ ਪਹਾੜੀ ਰਾਜਿਆਂ ਵੱਲੋਂ ਆਇਆ ਸੀ। ਤਾਂ ਉਹਨੇ ਆ ਕੇ ਇੱਕ ਕਿਹਾ ਮਹਾਰਾਜ ਅਸੀਂ ਪਾਤਸ਼ਾਹ ਜੀ ਉਹ ਕਸਮ ਖਾਂਦੇ ਹਾਂ ਕਿ ਤੁਸੀਂ ਆਨੰਦਪੁਰ ਸਾਹਿਬ ਨੂੰ ਛੱਡ ਜਾਓ, ਤੁਹਾਡੇ ਤੇ ਕਿਸੇ ਪ੍ਰਕਾਰ ਦਾ ਕੋਈ ਹਮਲਾ ਨਹੀਂ ਹੋਵੇਗਾ, ਤੁਸੀਂ ਆਪਦੀ ਮਰਜ਼ੀ ਨਾਲ ਆਨੰਦਪੁਰ ਸਾਹਿਬ ਛੱਡ ਕੇ ਜਿੱਥੇ ਮਰਜ਼ੀ ਜਾ ਸਕਦੇ ਹੋ। ਤੇ ਮਹਾਰਾਜ ਨੇ ਦਰਬਾਰ ਦੇ ਵਿੱਚ ਸਿੰਘਾਂ ਨਾਲ ਰਾਇ ਮਸ਼ਵਰਾ ਕੀਤਾ, ਮਾਤਾ ਗੁਜਰ ਕੌਰ ਜੀ ਵੀ ਬੈਠੇ ਸਨ, ਉਹਨਾਂ ਨੇ ਆਖਿਆ ਲਾਲ ਜੀ ਇਹ ਕਸਮਾਂ ਖਾ ਰਹੇ ਹਨ। ਤਾਂ ਪੁੱਛਿਆ ਵੀ ਕਸਮ ਕਹਿੰਦੀ ਆ? ਆਟੇ ਦੀ ਗਾਂ ਲੈ ਕੇ ਆਏ, ਕਹਿੰਦੇ ਇਹਦੀ ਕਸਮ ਖਾਂਦੇ ਹਾਂ। ਮਹਾਰਾਜ ਕਹਿੰਦੇ ਮਾਤਾ ਜੀ ਇਹ ਪਸ਼ੂ ਦੀ ਕੀ ਕਸਮ ਖਾਣੀ? ਕਹਿੰਦੇ ਮਹਿਮਾ ਪ੍ਰਕਾਸ਼ ਵਾਰਤਕ ਜੋ ਲਿਖਿਆ ਹੈ, ਮਹਾਰਾਜ ਕਹਿੰਦੇ ਇਹਾਂ ਤਾਂ ਪਸ਼ੂ ਹੈ ਇਸਦਾ ਕਿਆ ਵਸਾ, ਕਹਿੰਦੇ ਇਹਦਾ ਗਾਂ ਇੱਕ ਪਸ਼ੂ ਹੈ ਇਹਦੀ ਕਸਮ ਦਾ ਕੀ ਵਸਾ ਹੈ। ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਫਿਰ ਵੀ ਮੈਂ ਤੁਹਾਨੂੰ ਇਹਨਾਂ ਦੀ ਜਿਹੜੀ ਫਿਕਰਤ ਹੈ ਉਹ ਵਿਖਾ ਦਿੰਦਾ ਹਾਂ। ਮਹਾਰਾਜ ਨੇ ਕੀ ਕੀਤਾ? ਜੋ ਟੁੱਟਾ ਫੁੱਟਾ ਰਾਖਾ ਜੋ ਸਮਾਨ ਸੀ, ਜੋ ਘੋੜਿਆਂ ਦੀ ਲਿੱਤ ਸੀ ਉਹ ਗੱਡਿਆਂ ਤੇ ਪਾ ਦਿੱਤੀ ਔਰ ਉੱਤੇ ਸੁੰਦਰ ਮਲਵਲੀ ਪਛਾਕੇ ਪਾ ਦਿੱਤੇ ਔਰ ਰਾਤ ਵੇਲੇ
कोई उन्होंने सिंह नहीं पाया गया वो गड्ढे जड़े बल्द सन उत्ते मशाला ला के भेज दिते बाहर कढ दिते पर जदों वो बाहर निकले ये जड़े पहाड़ी राजे सन इन्हां दीआं झूठियां कसमां खादियां सन क्योंकि जड़ा गुरु समर्थ है गुरु नूं कोई छलन लाला नहीं गुर करता गुर करने जो गुर परमेश्वर है की होग जड़ा गुरु है उन्दे और परमेश्वर दे विच गुर परमेश्वर एक कर जाना जाम है भेद रंजना मानो गुर गुर के साथ बलिहारी गुर चरण पर जी सदवारी जड़ा गुरु है वो सम्राट है वो साफ घट घट के अंतर की जांत भले प्रेमी पीर पछांत जड़ा सारिया घटा नु जानन वाला है गुरु गोबिंद सिंह जी ने भी ओनू ही नमस्कार कीती है सरवलो प्रकाश जी आउंदा है नमस्कार कोट पद बंदन कृपा सिद्ध अग असुर कंदन अंतर जामी सब जानत अणबोलत की पीर पछांत जड़ा गुरु है वो सम्राट है फिर बोलिया सब कुछ जानता जे आप बोलते भी नहीं जे अपने हिरदे दे विच है कोई अरदास ते महाराज वो भी सुनते हैं पर जेडे पहाड़ी राजे हैं उन्होंने आगे वालों तो चलाकियां खेलते सन अंदर कुछ होर सी बाहर कुछ होर पर महाराज ने क्योंकि महाराज सम्राट है वो छलते भी किसी तो जेड़ा उन्हों का छलावा सी महाराज ने उनका खंडन कर दिता फिर कुछ समा बीतया फिर औरंगजेब वालों एक गुप्तचर भेजा गया एक दूत भेजा गया ता महाराज नूं सिंह कहिंदे हैं इतला आई है भी एक कास आया है सरहंद के नवाब का सुनेहा लिया है ता ओनूं बुलाया गया वो वसल वली हसन सी समाणे दा रहण वाला सी जिहड़ा चांदी खां जिहड़े जिन्हां ने साहिबजादिआं नूं शहीद कीता सी जिहड़े जलाल वो भी उनके परिवार नाल संबंध सन वली हसन दे जिन्हां ने गुरु तेग बहादुर साहिब नूं जिन्हें शहीद कीता सी वो भी उनके परिवार नाल सी जिन्हें बाबा अजीत सिंह जी दे पिठ ते बरछा मारिया सी धोखे नाल वो भी उनके परिवार नाल सी ता ए लेके आया जदों महाराज नूं कहिंदा वी महाराज औरंगजेब ने कुरान भेजी है कुरान की कसम खाधी है भी तुसीं आनंदपुर साहिब छड्ड जाओ उन्हें आख्या उन्हें ताडे अगे तशरीफ लक्षी है कि तुसीं आ जिहड़ा कांगड़ा मालवा देश इधर चले जावो तुहानूं किसे प्रकार का ताडे ते हमला नहीं होवेगा और तुहानूं इत्थों जिक्र की सरदारी बख्शी जाएगी 1000 घोड़ा भी बख्शिया जाएगा घोड़ सवार वो कुरान ते लिखिया सी तशरीफ तर्क कसवे काकुर को नंद वजह पास मुलाकात बाहु शवाद न जरे रे राह खतरा दुरास हमें कौम बैराड़ हुक्मे मरास जगे शायस्ते हियार ऐ हुदा उन्हें सर अपना दसम ग्रंथ वेच जफरनामे को ता उन्हें इस प्रकार महाराज ने अगे रखी महाराज ने ये जड़ी कड़छी जड़ी संभाल के रखी जदों औरंगजेब जफरनामा लिखिया उन्होंने लिखिया भी है भी तेरी जड़ी कौर अकरान है कसे कौले कुरान उनद एतबार हमारे आखर शहद मंद खुआर वो कहते वो भी मेरे को पई है गुरु गोबिंद सिंह जी ने आख्या ता उन्होंने आख्या भी चल तुसी जे कम दा कीता करदे हो धार्मिक ग्रंथ दा सहारा लैंदे हो ता असी आनंदपुर साहिब छड्ड जावांगे रात पई नूं छड्ड आवांगे ता महाराज ने जिहड़ा आनंदपुर साहिब छड्डण दी तैयारी कर ली और ओ भी जिहड़ा आनंदपुर साहिब ऐ नहीं छड्ड दित्ता कि सारे सिंघ तुर पे इक्के वारी आनंदपुर साहिब छड्ड दित्ता बड़ी व्यौतबंदी दे नाल आनंदपुर साहिब छड्या गया सब तो पहला जिहड़ा आनंदपुर साहिब छड्डण तों बाबा उदय सिंह जिहड़े भाई 75 सिंह जी दे भरा सन वड्डे भाई ਉਹਨਾਂ ਦੀ ਜਿਹੜੀ ਸ਼ਕਲ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ ਸੀ ਜਿਹੜਾ ਬਾਬਾ ਜੀਵਨ ਸਿੰਘ ਜੀ ਹੈ ਭਾਈ ਜੈਤਾ ਜੀ ਇਹਨਾਂ ਦੀ ਵੀ ਜਿਹੜੀ ਸ਼ਕਲ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦੀ ਹੈ ਇਹ
1989 का एक हुक्मनामा 1989 दे विच पटियाला यूनिवर्सिटी ने एक हुक्मनामा छापिया सी गुरु गोबिंद सिंह जी हाथ लिखत दा। उहदे विच सारा दस्या होया है जीवन सिंह गुरु घर पलिया बंगाल देश फ्रीके सर्व चिहन सहब के जानो ते दूसर दे परसानो। उहदे विच दस्या कि भाई जीवन सिंह जी बाबा जीवन सिंह रघरेटे गुरु के बेटे ਉਹਨਾਂ ਦੀ ਵੀ ਜਿਹੜੀ ਸ਼ਕਲ ਸੀ ਹੂਬ ਹੂ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਖਾਂਦੇ ਸੀ। ਜਿਹੜੇ ਉਹਨਾਂ ਦੇ ਛੋਟੇ ਭਰਾਤਾ ਜੀ ਭਾਈ ਸੰਗਤ ਜੀ ਸਨ ਉਹਨਾਂ ਦੀ ਵੀ ਜਿਹੜੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਖਾਂਦੀ ਸੀ। ਤਾਂ ਭਾਈ ਗੁਰੇ ਸਿੰਘ ਜੀ ਨੂੰ 50 ਸਿੰਘਾਂ ਦੇ ਸਮੇਤ ਸ਼ਾਹੀ ਟਿੱਬੀ ਤੇ ਵੱਲ ਭੇਜਿਆ ਗਿਆ ਔਰ ਇੱਕ ਬਾਬਾ ਜੀਵਨ ਸਿੰਘ ਹੋਰ ਹੋਏ ਹਨ ਜਿਹੜੇ ਸਰਸਾ ਦੇ ਕੰਢੇ ਤੇ ਸ਼ਹੀਦ ਹੁੰਦੇ ਹਨ ਜਿਹੜੇ ਦਿੱਲੀ ਦੇ ਰਹਿਣ ਵਾਲੇ ਹਨ। ਔਰ ਉਹ ਮਾਤਾ ਭਿੱਖਾ ਦੇ ਅਨੁਸਾਰ ਬੀਬੀ ਭਿੱਖਾ ਦੇ ਨਾਲ ਜਿਹੜੀ ਬਾਬਾ ਬਜਰ ਸਿੰਘ ਜੀ ਦੀ ਬੇਟੀ ਸੀ ਬਾਬਾ ਬਜਰ ਸਿੰਘ ਜੀ ਬਾਰੇ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਵਿੱਦਿਆ ਜਿਹੜੀ ਹੈ ਸ਼ਸਤਰ ਵਿੱਦਿਆ ਬਾਬਾ ਬਜਰ ਸਿੰਘ ਜੀ ਨੇ ਸਿਖਾਈ ਸੀ। ਉਹ 100 ਸਿੰਘਾਂ ਦੇ ਸਮੇਤ ਚੱਖਣਾ ਪਿੰਡ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਡੇਰਾ ਲਾਇਆ ਔਰ ਜਿਹੜਾ ਬਾਬਾ ਬਜਿੰਦਰ ਸਿੰਘ ਸੀ ਇਹਨਾਂ ਨੇ ਮਲਕਪੁਰ ਰੰਗਣਾ ਦੇ ਸਰਸਾ ਦੇ ਦੂਜੇ ਕਿਨਾਰੇ ਤੇ ਦੂਜੇ ਪਾਸੇ ਇਹਨਾਂ ਨੇ ਯੁੱਧ ਕੀਤਾ ਔਰ ਵਿੱਚੋਂ ਦੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਦੇ ਕੰਢੇ ਤੇ ਗਏ ਹਨ ਔਰ ਉਹ ਦੋਵੇਂ ਪਾਸੇ ਇੱਕ ਪਾਸੇ ਬੀਬੀ ਭਿੱਖਾ ਔਰ ਬਾਬਾ ਜੀਵਨ ਸਿੰਘ ਜੀ ਇਹ ਜਿਹੜੇ ਦਿੱਲੀ ਵਾਲੇ ਹਨ ਇਹ ਯੁੱਧ ਕਰ ਰਹੇ ਹਨ। ਇਹਨਾਂ ਨੇ ਏਡਾ ਕੁ ਘਮਸਾਨ ਦਾ ਯੁੱਧ ਕੀਤਾ ਹੈ ਇਤਿਹਾਸ ਦੱਸਦਾ ਹੈ ਕਿ 7:30 ਘੜੀਆਂ ਬਾਬਾ ਜੀਵਨ ਸਿੰਘ ਜੀ ਦਿੱਲੀ ਵਾਲਿਆਂ ਨੇ ਸਾਹਮਣੇ ਕਿਰਪਾਨਾਂ ਖਾ ਕੇ ਯੁੱਧ ਲੜਿਆ ਹੈ। ਮੂੰਹ ਮੂੰਹ ਕਿਰਪਾਨਾਂ ਪੈਂਦੀਆਂ ਇੱਕ ਮੂਲ ਟੱਕ ਮੂਲ ਨਾ ਮੋੜੇ ਅੰਗ। ਇਹਨਾਂ ਨੇ ਵੀ ਬਹੁਤ ਘਮਸਾਨ ਦਾ ਯੁੱਧ ਕੀਤਾ ਹੈ ਮੁਗਲਾਂ ਦੇ ਆਹੂ ਲਾਏ ਔਰ 100 ਦੇ 100 ਸਿੰਘਾਂ ਸਮੇਤ ਸ਼ਹੀਦ ਹੋਏ ਔਰ ਦੂਸਰੇ ਪਾਸੇ ਬਾਬਾ ਬਚਿੱਤਰ ਸਿੰਘ ਜੀ ਵੀ ਇਹਨਾਂ ਨੇ ਮਲਕਪੁਰ ਰੰਗੜਾ ਦੇ ਜਿੰਨੇ ਤੇ ਉਹਨਾਂ ਦੇ ਵੀ ਸਿਰ ਲਾ ਦਿੱਤੇ ਸ਼ਹੀਦ ਹੋਏ ਔਰ ਖਾਈ ਟਿੱਬੀ ਤੇ ਬਾਬਾ ਉਦੈ ਸਿੰਘ ਜੀ ਸ਼ਹੀਦ ਹੋਏ ਹਨ। ਜਦੋਂ ਮਹਾਰਾਜ ਨੇ ਸਰਸਾ ਦੇ ਕੰਢਾਂ ਤੇ ਆਸਾ ਦੀ ਵਾਰ ਦਾ ਜਾਪ ਕੀਤਾ ਉਦੋਂ ਇਹ ਜਿਹੜੀ ਮੁਗਲ ਫੌਜ ਸੀ ਇਹ ਚੜ ਕੇ ਆ ਗਈ ਸੀ ਔਰ ਬਾਬਾ ਉਦੈ ਸਿੰਘ ਜੀ ਨੇ ਅੱਗੇ ਹੋ ਕੇ ਇਹਨਾਂ ਦਾ ਟਾਕਰਾ ਕੀਤਾ ਔਰ ਸਹਾਇਤਾ ਨਾਲ ਬਾਬਾ ਜੀਤ ਸਿੰਘ ਜੀ ਨੇ ਵੀ ਦਿੱਤੇ ਔਰ ਇੱਥੇ ਬਾਬਾ ਉਦੈ ਸਿੰਘ ਜੀ ਸ਼ਹੀਦ ਹੋਏ। ਬਾਬਾ ਉਦੈ ਸਿੰਘ ਜੀ ਦਾ ਜਿਹੜਾ ਸੀਸ ਸੀ ਉਹ ਕੱਟ ਕੇ ਸਰਹੰਦ ਲੈ ਗਏ ਸਨ ਔਰ ਉਹਦੇ ਵਾਕੇ ਹੀ ਭੁਲੇਖਾ ਪੈਂਦਾ ਹੈ ਕਈਆਂ ਨੂੰ ਕਿ ਸੰਗਤ ਸਿੰਘ ਜੀ ਸ਼ਹੀਦ ਹੋ ਗਏ ਉਹਨਾਂ ਦਾ ਸਰਹੰਦ ਵਿਖੇ ਸੀਸ ਲਿਆਇਆ ਗਿਆ ਪਰ ਜਿਹੜਾ ਸਰਹੰਦ ਸੀਸ ਗਿਆ ਸੀ ਉਹ ਬਾਬੇ ਉਦੈ ਸਿੰਘ ਜੀ ਦਾ ਗਿਆ ਸੀ। ਇਤਿਹਾਸ ਕਾਫੀ ਇਤਿਹਾਸਾਂ ਚੋਂ ਮਿਲਦਾ ਹੈ ਪ੍ਰਮਾਣ ਔਰ ਮਹਾਰਾਜ ਜੀ ਨੇ ਜਿਹੜੀ ਸਰਸਾ ਹੈ ਉਹ ਪਾਰ ਕੀਤੀ। ਜੋਗੀ ਜੀ ਲਿਖਦੇ ਹਨ ਜਬ ਦੂਰ ਸੇ ਦੇਖਾ ਤੋ ਦਰਿਆ ਕੇ ਕਿਨਾਰੇ ਨਜ਼ਰ ਆਏ ਬਿਖਰੇ ਹੋਏ ਪਿਆਰੇ ਨਜ਼ਰ ਆਏ ਡੂਬੇ ਹੋਏ ਪਿਆਰੇ ਨਜ਼ਰ ਆਏ ਬਿਖਰੇ ਹੋਏ ਦੁਲਾਰੇ ਨਜ਼ਰ ਆਏ ਕਹਿੰਦੇ ਥੇ ਲੜਨੇ ਕੀ ਇਜਾਜ਼ਤ ਨਹੀਂ ਹੈ ਰਣ ਕੀ ਨਹੀਂ ਤਾਂ ਮਿੱਟੀ ਤੱਕ ਉਡਾ ਦੇਤੇ ਦੁਸ਼ਮਣ ਕੇ ਚਮਨ ਕੀ। ਤਾਂ ਬਾਬਾ ਜੀਤ ਸਿੰਘ ਜੀ ਉੱਥੋਂ ਬਾਬਾ ਜੀਵਨ ਸਿੰਘ ਜੀ ਉਹਨਾਂ ਨੂੰ ਲੈ ਕੇ ਗਏ ਹਨ ਮਹਾਰਾਜ ਦੇ ਪਿੱਛੇ। ਮਹਾਰਾਜ ਨੇ ਜਾ ਕੇ ਜਿਹੜਾ ਡੇਰਾ ਹੈ ਉਹ ਨਿਹੰਗ ਖਾਂ ਦੇ ਗ੍ਰਹਿ ਵਿਖੇ ਕੀਤਾ ਹੈ ਕੋਟਨਾ ਨਿਹੰਗ ਖਾਂ ਜਿਹੜਾ ਕੋਟਲੇ ਦਾ ਰਹਿਣ ਵਾਲੇ ਸਨ ਉੱਥੇ ਜਾ ਕੇ ਬਾਬਾ ਜੀਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਹੋਏ ਔਰ ਉੱਥੋਂ ਮਹਾਰਾਜ ਗਾਂ ਕੂਚ ਕਰਦੇ ਕਰਦੇ ਅਨੰਦਪੁਰ ਸਾਹਿਬ ਤੋਂ ਗਾਂ ਸਰਸਾ ਦੀ ਨਦੀ ਸਰਸਾ ਮੇਲੇ ਤੋਂ ਕੋਟਲੇ ਨਿਹੰਗ ਖਾਂ ਦੇ ਘਰ ਉੱਥੇ ਗਏ ਹਨ। ਉੱਥੋਂ ਮਹਾਰਾਜ ਫਿਰ ਚਮਕੌਰ ਦੀ ਗੜੀ ਵੱਲ ਗਏ ਹਨ। ਉੱਥੇ ਬਾਹਰ ਜਾ ਕੇ ਮਹਾਰਾਜ ਨੇ ਬਿਆਨਾ ਕੀਤਾ ਹੈ ਇੱਕ ਬਾਗ ਦੇ ਵਿੱਚ ਉੱਥੇ ਜਿਹੜਾ ਚਮਕੌਰਾ ਚੌਧਰੀ ਸੀ ਜਿਹਦੀ ਮੱਤ ਮਾਰੀ ਗਈ ਸੀ ਔਰ ਉਹਨੇ ਮਹਾਰਾਜ ਨੂੰ ਤਸ਼ਰੀਫ ਦਿੱਤੀ ਹੈ ਕਿ ਤੁਸੀਂ ਜਿਹੜੀ ਮੇਰੀ ਗੜੀ ਹੈ ਉਹਦੇ ਵਿੱਚ ਆਉਣਾ ਕਰੋ। ਤਾਂ ਮਹਾਰਾਜ ਨੇ ਉੱਥੇ ਉਤਾਰਾ ਕੀਤਾ ਹੈ ਫਿਰ ਜਾ ਕੇ ਉਹਦੇ ਕਹਿਣ ਤੇ
कई कहते हैं कि महाराज उन्हें दान वजो देती विधि चंद लेते हैं नाम, कई होर तरह कहते हैं, कई होर तरह कहते, कई कहते महाराज आप ही जाके उहदे विच वड़ गए हैं गड़ी के विच। पर श्री श्री बरशोभा दे विच कवि सैनापत जी ने दसना किया है कि महाराज अगे आप तशरीफ लेके आया सी चमकौरा, फिर औरंगजेब की फौज को सलाह दी है कि महाराज मेरी गड़ी दे विच हन आके फड़ लो। महाराज ने भी डीक रहे सन कि कदों आउण ते इन्हां नूं दो दो हाथ विखाए जाण। जदों औरंगजेब की फौज पहाड़ी राजिआं दी फौज रल के 10 लाख का कट लैके चमकौर गड़ी नूं इन्हां नूं घेरा पाउणा कीता इन्हां ने, गुरु गोबिंद सिंह जी आप दसदे हन गुरसने कुनारे कुनाद जे नरक 10 लाख बर आए तो बरो बेखबर। 10 लाख की फौज लैके महाराज से इन्हें हमला किया है औरंगजेब। महाराज जदों चमकौर साहिब दे विच पहुंचे हन तां जिहड़े सिंह हन उहनां दे सिरसा दे कंढे तों जिहड़े चोले सन उह भिज चुके सन, जिहड़े बस्तर सन सारे भिज चुके सन और बड़ी ठंड पै रही सी। उस समय दी ठंड ते अज दी ठंड च फर्क भी बड़ा ज्यादा है। तां जाके जिहड़े सिंह सन ਉਹ ਉੱਥੇ ਹੀ ਬੈਠੇ ਹਨ ਤੇ ਮਹਾਰਾਜ ਨੇ ਕਈ ਇਤਿਹਾਸ ਦੱਸਦੇ ਹਨ। ਇੱਕ ਇਤਿਹਾਸ ਦੇ ਵਿੱਚ ਜ਼ਿਕਰ ਹੈ ਮਹਾਰਾਜ ਜਦੋਂ ਚਮਕੌਰਗੜੀ ਦੇ ਵਿੱਚ ਵੜੇ ਹਨ ਤਾਂ ਉਹਨਾਂ ਨੇ ਆਪਣੇ ਖੰਜਰ ਦੇ ਨਾਲ ਕੁਝ ਮਿੱਟੀ ਕੱਢੀ ਹੈ, ਫਿਰ ਤਲੀ ਤੇ ਰੱਖ ਕੇ ਉਹਨੂੰ ਫੂਕ ਮਾਰੀ ਕਢਾਇਆ ਹੈ। ਤਾਂ ਬਾਬਾ ਦਇਆ ਸਿੰਘ ਜੀ ਨੇ ਪੁੱਛਿਆ ਮਹਾਰਾਜ ਇਹ ਕੀ ਕਰ ਰਹੇ ਹੋ? ਤਾਂ ਮਹਾਰਾਜ ਨੇ ਆਖਿਆ ਕਿ ਮੈਂ ਇਹ ਜਿਹੜੀ ਗੜੀ ਹੈ ਇਹਨੂੰ ਸਿਜਦਾ ਕਰ ਰਿਹਾ ਹਾਂ, क्योंकि ये जड़ी गड़ी दे विच जंग लड़ी जानी है वो दुनिया दी नकेवली ते लसानी जंग है, इस तो बाद कदी नहीं एडी वड्डी विशाल जंग लड़ी गई। महाराज कहते कहते हैं जिस छत्ते में आना वो जही है, कहते जिथे कहते सी भाई दया सिंह असी आना है वही जगह है, कहते जिथे बच्चों को कल को कटाना वो वही है, कहते जिथे भी असी लुट के कल को जाना वो भी वही है, कहते ये वही स्थान है जिथे असी कल नू सब कुछ लुटा के महाराज नू सौंप के जिहड़ा आपका सरबंस वारन दा जिहड़ा असी वचन कीता सी वो इत्थों ही पूरा करके जाना। तां फिर महाराज दे सिंघां ने गड़ी दे विच प्रवेश कीता है। रात दा समय है, जिहड़े सिंह हन उह थके टुटे हन, जोगी जी कहते हन कुछ लेट गए जमीन पर जी पौंछ उछाकर, कुछ पहरा देने लगे तलवार उठाकर, गोबिंद भी शाबाश हुए खेमे में जाकर। गुरु गोबिंद सिंह भी उत्थे जिहड़ा एक कमरा सी उत्ते मंडी बनी हुई सी उहदे विच जाके बह गए, और जिहड़ी चमकौर गढ़ी सी अज उह ढा दित्ती गई है, उत्थे पत्थर मड के नवा गुरद्वारा साहिब बना दित्ता गया। ये अपने जिहड़े कवि है अपने लोक दे विच अपने सिखां दे विच एडी सोहणी विरासत जिहनूं वेख के अज भी सिंघां ने तैयार होणा करना सी, जदों जिन्हें भी जाके वेखणा सी उहदे विच ਉਹ 40 ਸਿੱਖਾਂ ਵਾਲਾ ਨਾਲ ਦੀ ਨਾਲ ਜਜ਼ਬਾ ਪੈਦਾ ਹੋਣਾ ਸੀ, ਪਰ ਉਹ ਢਾ ਦਿੱਤੇ ਗਏ। ਐਡੀ ਜਿਹੜੀਆਂ ਵਿਸ਼ਾਲ ਵਿਸ਼ਾਲ ਆਪਣੀਆਂ ਵਿਰਾਸਤਾਂ ਸਨ, ਠੰਡਾ ਬੁਰਜ ਵੀ ਢਾ ਵਿੱਚ ਦਿੱਤਾ ਗਿਆ, ਜਿੰਨੇ ਗੁਰਦੁਆਰੇ ਸਨ ਬਸ ਇੱਕੋ ਹੀ ਲਹਿ ਬਣਾਈ ਢਾ ਦੋ ਪੱਥਰ ਮੜ ਦੋ ਉੱਤੇ, ਪਰ ਜਿਹੜੀ ਅਸਲ ਵਿਰਾਸਤ ਸੀ ਉਹ ਨਹੀਂ ਸੰਭਾਲ ਸਕੇ। और नगर जी जो खा रहे हैं जे अज दे जवाक जाते हैं बच्चे जाते हैं कहते भी अजे गुरुद्वारा तो साढ़े पिंडा दे विच भी है, तुसी कहड़ी सानू नवी चमकौर की गड़ी विखा दी जिते कहते 40 सिंघां ने जंग लड़िया 10 लाख की फौज रही, जे वो हुंदी ते अज नाल दी नाल जेड़ा वेदा उहने नाल दी नाल सिख बन जाणा सी, पर इन्हां दे विच अपणिआं दे विच चिट्टे पक्के वार के ये जिहड़े सन
अपने धर्म नूं अपने जिहड़ा इतिहास सी उहनूं उगाड़न दी कोशिश कीती गई। कोशिश करन तां कि कोई सफल ही हो गए क्योंकि अपने जिहड़े इतिहासक स्थान सन उह ढा दित्ते, जिहड़े अपने लसानी जोश भरते सन अपने दे विच। हुण अज अपने ग्रंथां नूं वी पै रहे हन वी दसम ग्रंथ माड़ा है, इहदे विच आह गल माड़ी है। पहला इतों तक जदों अंग्रेज आए सी पहला उहनूं ग्रंथ साहिब दी बाणी ते वी शंका करन लग पए सी। भाई वीर सिंह नूं कहिंदे तुसीं कहिंदे वी इह साडा धर्म ग्रंथ है, इहदे तों हर प्रकार दा ज्ञान मिलदा है। कहिंदे इहदे विच तां गल ही इक कीती गई है। भाई वीर सिंह जी कहते की गई, कहते दवारी बारी क्या गया, एक परमेश्वर एक परमेश्वर। महाराज भाई वीर सिंह जी कहते पर एक तो बगैर दूजी गल ही है नहीं कोई, कहते सब कोई उपज कितों होंदी है। ओंकार सब सृष्ट भाई सब खेल मासा तेरी ओड़े आई, सब गल ही एक तो ही चलता है। पर यह जो 40 सिंह उत्थे गए, उन्होंने घोड़िया दिया जड़िया काठिया सन चमकौर गढ़ी के विच उन्होंने सराने लाए, और छोटा जा कपड़ा होता है जिहड़ा घोड़े दे आपां कन्न ते रख के उत्ते काठी पाउणे हैं। उह चंगे बंदे दे तां सारे शरीर ते पूरा भी नहीं आउंदा, पर दूजी गल ए उह भी गिल्ला है। और सिंघां ने उही आंदे अधे कन्न ते लिया है, और सिंह उसे तरह लैके सुते हुए। महाराज गुरु गोबिंद सिंह जी कहते जदों उन्होंने वेख्या महाराज ने, ते महाराज जांदिया सार चमकौर गढ़ी के विच वी उह मिंटी के विच वी आपके मुखों वाहिगुरु वाहिगुरु था मूंह से निकलता, तुही था मूंह से निकलता। और महाराज ता उसे बैठे भी इतिहास दसता है 16,000 वारी तुही गुरु गोबिंद सिंह जी ने बाणी के विच उच्चारण किया है। चमकौर की कड़ी के विच महाराज ने तुही का जाप किया है। जिहड़ी अकाल पुरख साहिब बाणी है उहदे विच वी आउंदा है तुही दा जाप। महाराज कहिंदे जले हरी थले हरी बणे हरी गिरे हरी, ते जे सरबलो प्रकाश है उहदे विच वी आउंदा है तू 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 तुही 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 मन प्राण तुही 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 निराण आउंदा। महाराज ने उत्थे वी जिहड़ा तुही दा जाप कीता है। कवि जी कहते हैं जब डेढ़ घड़ी गुजरी जिकरे खुदा में सरकार आए टहलने हवा, महाराज गुरु गोबिंद सिंह जी को ममटी चो निकले और बाहर आए हैं। तो महाराज उत्थे जदों वेख्या महाराज ने, जब बाली का हुआ शहीदों से गुजरना मुश्किल हुआ पैर कदम आगे तो तरना, जदों महाराज शहीदां सिंघां दे कोलों टप्पण लगे हन तां जिहड़ा उहनां दा पैर है अगे रखना मुश्किल हो गया। जदों महाराज ने वेख्या कि मेरे अगे शहीद सिंघ इत्थे लेटे हुए हन, इह 40 सिंघ लेटे हुए हन, ते महाराज ने जदों उहनां नाल वेख्या किसे दा दस्तारा खुल्ला होया है, किसे दा जिहड़ा शीस है उह काठी तों हेठां थले आया होया है, किसी का जड़े शरीर को जी पोश मिथ्या हुआ है, ता महाराज उथे उन्होंने कोल हुए हैं। ता महाराज कवि जी कहते हैं चूमा कदी हलकूम कदी कवि बहन चूमने बैठे, 35 आए तो पैर चूमने बैठे। ता महाराज ने उथे आपके शहीदां का वो शहीदां सिंघां नूं वेखो किन्ना महाराज प्यार करते हैं। ਜਦੋਂ ਉਹਨਾਂ ਕੋਲੋਂ ਗੁਜ਼ਰਨ ਲੱਗੇ ਹਨ, ਵੇਹਦੇ ਹਨ, ਕਿਸੇ ਦੀ ਪੱਗ ਸਹੀ ਕਰਦੇ ਹਨ, ਕਿਸੇ ਦੇ ਜੀ ਪੋਸ਼ ਪਾ ਦਿੰਦੇ ਹਨ, ਕਿਸੇ ਦੇ ਸੀਸ ਦੇ ਥੱਲੇ ਕਾਠੀ ਦੇ ਦਿੰਦੇ ਹਨ, ਕਦੀ ਉਹਨਾਂ ਦਾ ਮੱਥਾ ਚੁੰਮਦੇ ਹਨ, ਕਦੀ ਗਲਾ ਚੁੰਮਦੇ ਹਨ, ਕਹਿੰਦੇ ਹਨ ਇਹ ਜਿਹੜਾ ਮੱਥਾ ਹੈ ਕੱਲ ਨੂੰ ਇਹਨੇ ਇੱਥੇ ਕਟੀ ਜਾਣਾ ਹੈ, ਇਹ ਜਿਹੜਾ ਗਲ ਹੈ ਕੱਲ ਨੂੰ ਇਹਦੇ ਤੇ ਕਿਰਪਾਨ ਚੱਲ ਜਾਣੀ ਹੈ। ਔਰ ਜਦੋਂ ਪੈਰਾਂ ਵੱਲ ਵੇਹਦੇ ਹਨ, ਜਦੋਂ ਪੈਰਾਂ ਦੇ ਵਿੱਚ ਰੋੜੀਆਂ ਵੱਜੀਆਂ ਹੋਈਆਂ ਹਨ, ਤਾਂ ਮਹਾਰਾਜ ਖੁਸ਼ੀ ਦੇ ਵਿੱਚ ਆ ਕੇ ਵਿਰਾਗ ਦੇ ਵਿੱਚ
ਆ ਕੇ ਸ਼ਹੀਦਾਂ ਸਿੰਘਾਂ ਦੇ ਪੈਰ ਚੁੰਮਣ ਲੱਗ ਜਾਂਦੇ ਹਨ। ਜੋ ਬਾਣੀ ਦੇ ਵਿੱਚ ਆਉਂਦਾ ਹੈ ਜਨ ਨਾਨਕ ਧੂੜ ਮੰਗੇ ਜਿਸ ਗੁਰਸਿੱਖੀ ਜੋ ਆ ਜਪੇ ਅਵਰੈ ਨਾਮ ਪਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਉਹ ਪੰਗਤਾਂ ਹਨ ਉਹਨਾਂ ਨੂੰ ਸੱਚ ਕਰਕੇ ਲਗਾਇਆ ਹੈ। ਆ ਪਰਮੇਸ਼ਰ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ। ਪਰਮੇਸ਼ਰ ਦੀ ਜੋਤ ਪ੍ਰਤੱਖ ਜੋਤ ਅਨਾਹਤ ਜੋਤ ਗੁਰੂ ਨਾਨਕ ਅੰਗਦ ਮਾਹੇ ਸਮਾਈ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਪਰਮੇਸ਼ਰ ਦੀ ਜੋਤ ਜਿੰਦੀ ਬਾਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ, ਜਿਣ ਕੇ ਚੋਲੇ ਰਤੜੇ ਪਿਆਰੇ ਕੰਤਨਾ ਕੇ ਭਾਸ ਪੂਰਤਨਾ ਕੀ ਜੇ ਮਿਲੇ ਕਹੁ ਨਾਨਕ ਕੀ ਅਰਦਾਸ। ਪਰਮੇਸ਼ਰ ਵੀ ਅਰਦਾਸਾਂ ਕਰਦਾ ਹੈ ਜਿਨ੍ਹਾਂ ਦੇ ਚੋਲੇ ਉਹਦੇ ਰੰਗ ਦੇ ਵਿੱਚ ਰੱਤੇ ਹੋਏ ਹਨ, ਜਿਹੜੇ ਆਪ ਨਾਮ ਜਪਦੇ ਹਨ ਹੋਰਾਂ ਨੂੰ ਜਪਾਉਂਦੇ ਹਨ, ਉਹਨਾਂ ਦੀ ਜਿਹੜੀ ਚਰਨ ਧੂੜ ਹੈ ਉਹ ਮੰਗਦਾ ਹੈ ਪਰਮੇਸ਼ਰ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਸਿੰਘਾਂ ਦੇ ਚਰਨਾਂ ਨੂੰ ਚੁੰਮਣਾ ਕੀਤਾ। ਤਾਂ ਇੱਥੇ ਹੀ ਹੁਣ ਕਥਾ ਦੀ ਸਮਾਪਤੀ ਕਰਦਾ ਹਾਂ। ਕਥਾ ਵਿਚਾਰਾ ਕਰਦਾ ਅਨੇਕ ਪ੍ਰਕਾਰ ਦੀਆਂ ਬਿੰਦ ਤੁੱਟੀਆਂ ਰਹਿ ਗਈਆਂ ਹਨ ਦਾਸ ਤੋਂ, ਕਿਉਂਕਿ ਜਿਹੜਾ ਸ਼ਹੀਦਾਂ ਦਾ ਇਤਿਹਾਸ ਹੈ ਇਹ ਬੜਾ ਵਿਸ਼ਾਲ ਤੇ ਬੜਾ ਡੂੰਘਾ ਤੇ ਬੜੇ ਉੱਚਾ ਇਤਿਹਾਸ ਹੈ। ਇਹਨਾਂ ਨੂੰ ਸੁਣਾਉਣ ਲਈ ਜਿਹੜਾ ਪੂਰਨ ਤੌਰ ਤੇ ਉਹੀ ਸੁਣਾ ਸਕਦਾ ਜਿੰਨਾ ਅਖਲਾਕ ਵੀ ਇਹਨਾਂ ਜਿੰਨਾ ਉੱਚਾ ਸੁੱਚਾ ਹੋਵੇ। ਹੁਣ ਜਿਹੜਾ ਅਗਲਾ ਇਤਿਹਾਸ ਹੈ ਗਿਆਨੀ ਖੜਕ ਸਿੰਘ ਜੀ ਆਪਾਂ ਨੂੰ ਸਰਵਣ ਕਰਾਉਣਗੇ, ਔਰ ਸੰਗਤਾਂ ਨੇ ਇਸੇ ਤਰ੍ਹਾਂ ਹੀ ਕਾਗਰਤਾ ਬਣਾ ਕੇ ਇਤਿਹਾਸ ਨੂੰ ਸਰਵਣ ਕਰਾਉਣਾ ਹੈ। ਕੋਟਵਾਰ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਔਰ ਕੋਟਵਾਰ ਧੰਨਵਾਦ ਬਾਬਾ ਸ਼ਹੀਦ ਸਿੰਘ ਜੀ ਦਾ ਜੋ ਆਏ ਸਾਲ ਤੋਂ ਉਪਰਾਲਾ ਕਰਦੇ ਹਨ 42 ਸਾਲਾਂ ਤੋਂ। ਹੁਣ ਇੱਥੇ ਹੀ ਹੁਣ ਸਾਰੀ ਸੰਗਤ ਨੇ ਗੱਜ ਕੇ ਫਤਿਹ ਬੁਲਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।